ਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ। ਪਿੰਡ ਵਾਲੀ ਮੋਟਰ 'ਤੇ ਆਏ ਤੀ ਜੀ ਮੱਕੀ ਵੱਲ ਗੇੜਾ ਮਾਰਨ, ਅਤੇ ਇਹ 'ਚ ਆਪਾਂ ਪਾਤੇ 2 ਯੂਰੀਏ ਪਾਤੇ, ਅਤੇ ਬਾਕੀ ਹੁਣ ਪਾਣੀ ਲਾਇਆ ਇਹਨੂੰ ਦੁਬਾਰਾ, ਗਿੱਲੀ ਗਿੱਲੀ ਨੂੰ ਦੁਬਾਰਾ ਫਿਰ ਮੋੜਤਾ ਤੀ ਆਪਾਂ, ਅਤੇ 1 ਯੂਰੀਆ ਹੁਣ ਪਾਵਾਂਗੇ ਤੀਜਾ। ਬਾਕੀ ਕਰੋ ਚੈੱਕ ਵੀ ਕਿਵੇਂ ਖੜ੍ਹੀ ਆ ਮੱਕੀ, 13-68 ਬੀਜ ਆ ਆਪਣਾ ਇਹ, ਅਤੇ ਸਾਰਾ ਹੀ ਖੇਤ ਵਧੀਆ ਖੜ੍ਹਾ ਹੈ। ਕਿਤੇ ਕਿਤੇ ਹੈਗੀਆਂ ਨੇ ਦੱਗੀ ਆਈਆਂ ਜਿੱਥੇ ਥੋੜ੍ਹੀ ਜਿਹੀ ਦਬੀ ਹੋਈ ਆ, ਨਹੀਂ ਤਕਰੀਬਨ ਸਾਰੀ ਵਧੀਆ ਹੀ ਖੜ੍ਹੀ ਆ ਮੱਕੀ। ਅਤੇ ਬਾਕੀ ਮਾਜਰੀ ਵਾਲੀ ਮੋਟਰ 'ਤੇ ਵੀ ਪਾਣੀ ਪੈ ਰਿਹਾ ਮੱਕੀ ਨੂੰ, ਅਤੇ ਉੱਥੇ ਵੀ ਯੂਰੀਆ ਪਾਉਣਾ ਹੈ ਅੱਜ, ਅਤੇ ਉਰੇ ਪਾਵਾਂਗੇ 1-2 ਦਿਨ ਤੱਕ। ਅਤੇ ਬਾਕੀ ਮੌਸਮ ਆ ਖਰਾਬ, ਅਤੇ ਬੱਦਲਬਾਈ ਹੋਈ ਹੋਈ ਆ। ਬਾਕੀ ਕੱਲ੍ਹ ਨੂੰ ਦਿਖਾਉਂਦਾ ਹੈ ਨੈੱਟ ਮੀਂਹ 50%, ਬਾਕੀ ਦੇਖੋ ਪੈਂਦਾ ਜਾਂ ਨਹੀਂ ਪੈਂਦਾ। ਮੱਕੀਆਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੈਗਾ ਮੀਂਹ ਦਾ, ਜਿਹੜੀਆਂ ਕਣਕਾਂ ਪੱਕੀਆਂ ਖੜ੍ਹੀਆਂ ਨੇ ਜੇ ਜ਼ਿਆਦਾ ਪੈ ਗਿਆ ਉਹਨਾਂ ਦਾ ਨੁਕਸਾਨ ਹੈਗਾ ਏ। ਬਾਕੀ ਦੇਖੋ ਕੀ ਕਰਨਾ ਪਰਮਾਤਮਾ ਨੇ, ਅਤੇ ਮਾੜਾ ਮੋਟਾ ਹੀ ਪੈ ਸਕਦਾ ਏ ਜਾਂ ਜ਼ਿਆਦਾ ਹੀ ਪੈ ਸਕਦਾ ਏ, ਦੇਖੋ। ਬਾਕੀ ਮੱਕੀਆਂ ਨੂੰ ਫਾਇਦਾ ਹੀ ਆ ਮੀਂਹ ਦਾ, ਬਸ ਇਕੱਲਾ ਕਣਕਾਂ ਨੂੰ ਨੁਕਸਾਨ ਆ। ਬਾਕੀ ਸਰੋਂ ਵੀ ਕੱਢਣੀ ਆ ਅੱਜ ਆਪਾਂ, ਸਰੋਂ ਆਪਣੀ ਹੋ ਗਈ ਕੱਢਣ ਵਾਲੀ, ਲਿਆ ਕੇ ਥਰੈਸ਼ਰ ਸਰੋਂ ਕੱਢਦੇ ਹਾਂ। ਲੇਬਰ ਵਾਲੇ ਰੋਟੀ ਖਾ ਰਹੇ ਨੇ, ਰੋਟੀ ਖਾ ਕੇ ਅਤੇ ਫਿਰ ਕੱਢਦੇ ਹਾਂ ਸਰੋਂ। ਵੱਡੀ ਹੋਈ ਤੀ ਆਪਣੀ ਕਾਫੀ ਦਿਨ ਦੀ, ਹੈਗਾ ਸਰੋਂ ਦਾ ਬਿੱਘਾ ਕੁ, ਬਿੱਘਾ 1.5 ਬਿੱਘੇ ਦਾ ਗੇੜ ਵੱਡੀ ਹੋਈ ਆ, ਅਤੇ ਆਹ ਪਈ ਆ ਇੱਧਰਲੇ ਪਾਸੇ, ਉਸ ਇੱਧਰੋਂ ਬਣਾ ਕੇ ਆਪਾਂ ਉਦਣ ਇਕੱਠੀ ਕਰਾਤੀ ਤੀ, ਅਤੇ ਇੱਕ ਢੇਰੀ ਉਹ ਪਰੇ ਪਈ ਆ, ਅਤੇ ਲਿਆ ਕੇ ਥਰੈਸ਼ਰ ਕਢਾਉਂਦੇ ਹਾਂ। ਮੀਂਹ ਕਣੀ ਦਾ ਕੋਈ ਪਤਾ ਨਹੀਂ ਕਦ ਪੈਣ ਲੱਗ ਜਾਵੇ, ਇਸੇ ਕਰਕੇ ਜਿਹੜਾ ਕੰਮ ਨਿਬੜਦਾ ਨਿਬੇੜੀਏ। ਬਾਕੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ, ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਬਾਕੀ ਖੇਤੀਬਾੜੀ ਦੀ ਵੀਡੀਓ ਲਿਆਉਂਦੇ ਰਹਾਂਗੇ। ਆ ਗਏ ਦੀ ਮਾਜਰੀ ਵਾਲੀ ਮੋਟਰ 'ਤੇ ਗੇੜਾ ਮਾਰਨ ਫਸਲ ਕੰਨੀ, ਅਤੇ ਪਾਣੀ ਆਪਾਂ ਇਹਨੂੰ ਲਾਤਾ ਸੀ ਮੱਕੀ ਨੂੰ ਯੂਰੀਆ ਪਾ ਕੇ, ਅਤੇ ਬਾਕੀ ਸਾਰੇ ਹੀ ਖੇਤ ਭਰ ਗਿਆ ਸੀ। ਅਤੇ ਇੱਧਰਲਾ ਵੀ ਇੱਧਰਲੇ ਖੇਤ 'ਚ ਹੈਗੀ ਆ ਕਿਤੇ ਦਬੀ ਹੋਈ ਮੱਕੀ, ਕਿਤੇ ਕਿਤੇ ਹੈਗੀ ਆ ਜਿਵੇਂ ਆਹ ਦੱਗੀ ਆਈਆਂ ਨੇ, ਅਤੇ ਗਿੱਲੇ ਗਿੱਲੇ 'ਚ 1 ਯੂਰੀਆ ਫਿਰ ਪਵਾ ਦਾਂਗੇ। ਅਤੇ ਬਾਕੀ ਮੌਸਮ ਆ ਖਰਾਬ, ਕਾਫੀ ਹੋ ਗਿਆ ਬੱਦਲ, ਸ਼ਾਮ ਦਾ ਟਾਈਮ ਹੋਇਆ ਹੋਇਆ, 5 ਵੱਜ ਗਏ ਸ਼ਾਮ ਦੇ। ਅਤੇ ਬਾਕੀ ਕਣਕ ਕੰਨੀ ਮਾਰਦੇ ਹਾਂ ਗੇੜਾ, ਅਤੇ ਕੱਖ ਤਾਂ ਸਾਰੀ ਭੁੰਨਤੇ ਦੀ ਦਵਾਈ ਨੇ, ਦੇਖੋ ਸਾਰੀ ਬੈੱਡ ਸਾਫ਼ ਹੋ ਗਏ, ਬਿਲਕੁਲ ਵੀ ਕੱਖ ਨਹੀਂ ਹੈਗਾ। ਇੱਧਰਲਾ ਖੇਤ ਵਧੀਆ ਖੜ੍ਹਾ ਹਲੇ, ਆਹ ਖੇਤ 'ਚ ਹੈਗੀਆਂ ਨੇ ਕਾਫੀ ਦੱਗੀਆਂ, ਜਾਂ ਤਾਂ ਪਹਿਲਾ ਦੂਆ ਪਾਣੀ ਜ਼ਿਆਦਾ ਲੱਗ ਗਿਆ ਭਰਮਾ, ਉਹਦੇ ਕਰਕੇ ਦੱਬ ਗਈ ਮੱਕੀ, ਅਤੇ ਬਾਕੀ ਯੂਰੀਆ ਪਾਏ ਤਾਂ ਸੈੱਟ ਹੋ ਜਾਣਾ। ਇੱਕ ਸਪਰੇਅ ਕਰਾਵਾ ਦਾਂਗੇ ਤਾਕਤ ਦੀ, ਬਾਕੀ ਦੂਈ ਮੋਟਰ 'ਤੇ ਹੀ ਮਾਰਦੇ ਹਾਂ ਗੇੜਾ ਗਾਹਾਂ ਵਾਲੀ 'ਤੇ, ਜਿਹੜੀ ਆਪਣੀ ਉੱਧਰ ਗੰਨਾ ਮਿੱਲ ਕੋਲ ਆ, ਉੱਧਰ ਵੀ ਜਾ ਕੇ ਆਉਂਦੇ ਹਾਂ। ਅਤੇ ਕੱਲ੍ਹ ਦਾ ਦਿਨ ਲੰਘੇ ਤੋਂ ਬਾਅਦ ਫਿਰ ਕਣਕ ਵਢਾਉਂਦੇ ਹਾਂ।
ਕੱਲ ਨੂੰ ਵੀ ਮੌਸਮ ਖਰਾਬ ਆ ਥੋੜ੍ਹਾ ਜਿਹਾ, ਦੇਖਦੇ ਹਾਂ ਕੀ ਕਰਦਾ ਰੱਬ, ਕਿੰਨਾ ਕੁ ਮੀਂਹ ਮੂੰਹ ਪਾਉਂਦਾ ਜਾਂ ਕੀ ਕਰਦਾ ਹੈ, ਉਸ ਹਿਸਾਬ ਨਾਲ ਦੇਖ ਕੇ ਅਤੇ ਕਣਕ ਵਢਾਉਂਦੇ ਹਾਂ। ਉੱਪਰਲਾ ਖੇਤ ਵੱਢਿਆ ਗਿਆ ਉੱਧਰਲਾ ਕਣਕ ਦਾ, ਅਤੇ ਇੱਧਰ ਨੂੰ ਮਸ਼ੀਨ ਆਉਣੀ ਤੀ ਆਪਣੇ ਕੋਲ, ਉੱਧਰੋਂ ਹੀ ਰਾਹ ਤੀ ਮਸ਼ੀਨ ਆਉਣ ਨੂੰ। ਇੱਧਰੋਂ ਤਾਂ ਮੂਹਰੇ ਮੱਕੀ ਖੜ੍ਹੀ ਆ, ਕਣਕ ਵੀ ਦਿਖਾਉਂਦੇ ਹਾਂ ਜਾ ਕੇ। ਆ ਕੇ ਕਣਕ ਵਾਲੇ ਖੇਤ ਕੰਨੀ, ਕਣਕ ਵੱਢਣ ਨੂੰ ਮਸ਼ੀਨ ਆਉਣ ਨੂੰ ਫਿਰ ਰਸਤਾ ਇੱਧਰ ਨੂੰ ਆਪਣੇ ਕੋਲ ਹੈ ਨਹੀਂ ਤੀ, ਅਤੇ ਆਹ ਮੂਹਰੇ ਖੇਤ ਆ ਜਾਂਦਾ ਏ, ਅਤੇ ਕਣਕ ਖੜ੍ਹੀ ਆ ਆਪਣੀ ਆਹ, ਅਤੇ ਨਹੀਂ ਤਾਂ ਫਿਰ ਇੱਧਰੋਂ ਲਿਆ ਕੇ ਪਹੀ ਪਹੀ ਮਸ਼ੀਨ ਵੱਢ ਦੇਣੀ ਤੀ ਆਪਾਂ ਕਣਕ। ਅਤੇ ਹੁਣ ਉੱਪਰਲਾ ਖੇਤ ਵੱਢਿਆ ਗਿਆ ਕਣਕ ਵਾਲਾ, ਫਿਰ ਵਢਾਉਂਦੇ ਹਾਂ ਕਣਕ। ਬਾਕੀ ਕਣਕ ਤਾਂ ਹਫ਼ਤਾ ਪਹਿਲਾਂ ਵੱਢਣ ਵਾਲੀ ਤੀ, ਰਾਹ ਕਰਕੇ ਥੋੜ੍ਹਾ ਜਿਹਾ ਪੰਗਾ ਪਿਆ ਹੋਇਆ ਤੀ। ਬਾਕੀ ਹਵਾ ਬਹੁਤ ਤੇਜ਼ ਚੱਲਦੀ ਆ, ਅੱਠ ਸੌ ਛੱਬੀ ਕਣਕ ਆ ਆਪਣੀ ਇਹ। ਦੇਖੋ ਕਣਕ ਤਾਂ ਪੂਰੀ ਰੜੀ ਪਈ ਆ, ਦੇਖੋ ਬੱਲੀ ਵੀ ਮੁੜੀ ਹੋਈ ਆ ਪੂਰੀ, ਐਨ ਪੂਰੀ ਵਧੀਆ ਖੜੀ ਆ, ਕੋਈ ਗੁੱਲੀ ਡੰਡਾ ਨਹੀਂ ਵਿੱਚ। ਆਲੂ ਲੱਗਦਾ ਤੀ ਉਰੇ ਆ ਖੇਤ 'ਚ, ਇਸੇ ਕਰਕੇ ਖੇਤ ਸਾਫ਼ ਆ, ਕੋਈ ਨਦੀਨ ਨਹੀਂ ਹੈਗਾ, ਨਾ ਗੁੱਲੀ ਡੰਡਾ ਹੋਇਆ ਏ। ਅਤੇ ਆਲੂ ਵਾਲੀ ਜ਼ਮੀਨ ਊਂ ਵੀ ਵੈਸੀ ਤਕੜੀ ਰਹਿੰਦੀ ਆ, ਅਤੇ ਇਹ 'ਚ ਆਪਾਂ ਯੂਰੀਆ ਵੀ ਕੇ ਲਾਇਆ ਤੀ ਕਣਕ ਨੂੰ ਕੀਲੇ ਦਾ, ਦੇਖੋ ਖੜਕੀ ਪਈ ਆ ਪੂਰੀ, ਦੇਖੋ ਕਿਵੇਂ ਟੁੱਟਦੀ ਆ। ਬਾਕੀ ਜੇ ਮੌਸਮ ਕੱਲ ਨੂੰ ਵਧੀਆ ਰਿਹਾ, ਸਾਫ ਰਿਹਾ, ਮੀਂਹ ਮੂੰਹ ਦੀ ਨਾ ਗੜਬੜੀ ਹੋਈ, ਫਿਰ ਕੱਲ ਨੂੰ ਬੜਾ ਦਾਂਗੇ ਆਪਣਾ ਉਰੇ ਦੋ ਕਿੱਲਿਆਂ ਦਾ ਗੇੜ ਆ। ਬਾਕੀ ਉੱਪਰਲਾ ਖੇਤ ਤਾਂ ਵੱਢਿਆ ਗਿਆ, ਦੇਖੋ ਪਰਲੇ ਰਾਹ ਨੂੰ ਮਸ਼ੀਨ ਆ ਜੂਗੀ ਆ ਖੇਤ 'ਚ, ਫਿਰ ਵਢਾਉਂਦੇ ਆ ਕੇ ਕੱਲ ਨੂੰ ਜਾਂ ਪਰਸੋਂ ਨੂੰ। ਬਾਕੀ ਇੱਧਰਲੇ ਖੇਤ ਨੂੰ ਆਜੂਗੀ ਮਸ਼ੀਨ, ਉਹ ਸਾਹਮਣੇ ਪਈ ਆ ਦਰੱਖਤਾਂ ਕੋਲ, ਫਿਰ ਲਿਆ ਕੇ ਵਢਾਉਂਦੇ ਆ ਇਹਨੂੰ ਪਰਸੋਂ ਤੱਕ। ਕਣਕ ਤਾਂ ਪੂਰੀ ਰੜੀ ਹੋਈ ਆ, ਦੇਖੋ ਕਰੋ ਚੈੱਕ, ਆ ਗਈ ਗਾਹਾਂ ਵਾਲੀ ਮੋਟਰ 'ਤੇ ਮੱਕੀ ਕੋਲ। ਅਤੇ ਬਾਕੀ ਅੱਜ ਇਹ 'ਚ ਯੂਰੀਆ ਪਵਾ ਤਾ ਆਪਾਂ ਤੀਜਾ, ਅਤੇ ਪਾਣੀ ਚੱਲ ਰਿਹਾ ਇਹਨੂੰ। ਸਾਰਿਆਂ ਤੋਂ ਅਗੇਤੀ ਮੱਕੀ ਆਪਣੀ ਆਹੀ ਮੋਟਰ 'ਤੇ ਆ 9208, ਅਤੇ ਵਧੀਆ ਖੜ੍ਹੀ ਆ ਇਹ ਵੀ ਸਾਰੀ, ਉਹ ਇੱਕ ਸਾਰ, ਅਤੇ ਪਾਣੀ ਚੱਲ ਰਿਹਾ ਇਹਨੂੰ। ਅੱਜ ਛੱਡਿਆ ਦੀ ਸਵੇਰੇ ਮੋਟਰ ਆਈ ਆ ਕੇ ਚਲਾਈ ਤੀ, ਅਤੇ ਭਰਿਆ ਥੋੜ੍ਹਾ ਜਿਹਾ ਭਰਿਆ ਏ, ਅਤੇ ਬਾਕੀ ਖੁੱਲ੍ਹਾ ਹੀ ਪੈ ਰਿਹਾ ਹੁਣ ਤਾਂ ਪਾਣੀ। ਅਤੇ ਸਪਰੇਅ ਕਰਾ ਤੀ ਇਹ 'ਤੇ ਆਪਾਂ ਇੱਕ ਤਾਕਤ ਦੀ ਯਾਰ ਵਿੱਚ ਕੋਰਾ ਜਿਨ ਪਾਤੀ ਦੀ ਸੁੰਡੀ ਤੋਂ, ਤਾਕਤ ਤੋਂ ਪਾਈ ਤੀ 11 ਦਾ ਜੈਂਕ ਲਿਕੁਡ,
ਉਰੇ ਹੈਗੇ ਨੇ ਆਪਣੇ 7 ਕਿੱਲੇ। ਬਾਕੀ ਮੌਸਮ ਨੂੰ ਦੇਖ ਕੇ ਵਢਾਈ ਦਾ ਫੁੱਲ ਜ਼ੋਰ ਪੈ ਗਿਆ, ਉਹ ਚੱਲਦੀ ਆ ਸਾਹਮਣੇ ਕੰਪੈਨ ਕਣਕ 'ਤੇ ਮੰਨ ਲਓ ਜਿਹੜੀਆਂ ਕਣਕਾਂ ਆਈਆਂ ਹੋਈਆਂ ਦੀ ਹਰੇਕ ਨੂੰ ਐਂ ਤੀ ਚਲੋ ਵੱਢ ਲਈਏ ਵੀ ਨੁਕਸਾਨ ਨਾ ਹੋ ਜਾਵੇ, ਮੀਂਹ ਦਾ ਵੀ ਕਿੰਨਾ ਕੁ ਕੀ ਪਤਾ ਵੀ ਕਿੰਨਾ ਕੁ ਪੈ ਜਾਵੇ। ਇਸੇ ਕਰਕੇ ਸਾਰੇ ਜ਼ਿਮੀਂਦਾਰ ਭਾਈ ਕਣਕਾਂ ਵੱਢਣ ਲੱਗ ਗਏ ਅਤੇ ਬਾਕੀ ਹੁਣ ਜ਼ੋਰ ਪੈ ਜਾਣਾ 1-2 ਦਿਨ ਤੱਕ ਕਣਕ ਦੀ ਵਢਾਈ ਦਾ ਪੂਰਾ। ਵਧੀਆ ਖੜ੍ਹੀ ਆ ਪੂਰੀ ਮੱਕੀ ਅਤੇ ਆਹੀ ਖੇਤ ਨੂੰ ਪੈਂਦਾ ਆਪਣਾ ਪਾਣੀ 2 ਕਿੱਲਿਆਂ ਨੂੰ। ਲਾਈਟ ਆਉਂਦੀ ਆ ਸਵੇਰੇ 4:30 ਤੋਂ 8:30 ਵਜੇ ਤੱਕ ਅਤੇ ਬਾਕੀ ਰਾਤ ਨੂੰ ਵੀ ਛੱਡ ਦਿੰਦੇ ਨੇ ਵਾਧੂ ਸਪਲਾਈ, ਅਤੇ ਲਾਈਟ ਤਾਂ ਵਧੀਆ ਚੱਲੀ ਜਾਂਦੀ ਆ, ਕੋਈ ਸਮਝ ਕੇ ਚੱਲੋ 6-7 ਘੰਟੇ ਚੱਲ ਜਾਂਦੀ ਆ ਵਿੱਚੇ ਵਾਧੂ ਸਪਲਾਈ ਲਾ ਕੇ। ਰੋਜ਼ 2 ਕਿੱਲਿਆਂ ਦਾ ਗੇਟ ਭਰ ਦਿੰਦੀ ਆ ਮੋਟਰ, 17.5 ਦੀ ਮੋਟਰ ਆਪਣੀ ਉਰੇ। ਬਾਕੀ ਆ ਪੱਤੇ ਥੋੜ੍ਹਾ ਜਿਹਾ ਯੂਰੀਏ ਨੇ ਫੂਕੇ ਹੋਏ ਨੇ, ਜਦੋਂ ਆਪਾਂ ਯੂਰੀਆ ਪਾਉਂਦੇ ਹਾਂ ਯੂਰੀਏ ਨਾਲ ਫੁੱਕ ਜਾਂਦੇ ਨੇ ਪੱਤੇ ਇਹ।